ਹੈਲੋ ਸਤਿ ਸ੍ਰੀ ਅਕਾਲ ਜੀ ਕਿੱਦਾਂ ਸਾਰੇ ਠੀਕ ਠਾਕ ਹੋ ਹੈਲੋ ਸਤਿ ਸ੍ਰੀ ਅਕਾਲ ਜੀ ਭਾਜੀ ਕਿੱਦਾਂ ਠੀਕ ਠਾਕ ਹੋ ਸਾਰੇ ਅ ਮੈਂ ਭਾਜੀ ਅੱਜ ਤੁਹਾਡੇ ਨਾਲ ਇੱਕ ਬਹੁਤ ਜ਼ਰੂਰੀ ਗੱਲ ਕਰਨੀ ਆ ਪਲੀਜ਼ ਖਿਆਲ ਨਾਲ ਸਾਰੇ ਜਣੇ ਸੁਣਿਓ ਜ ਸਪੈਸ਼ਲੀ ਇੰਗਲੈਂਡ ਵਾਲੇ ਸੱਜਣ ਬਾਕੀ ਮੇਰੇ ਨਾਲ ਕੱਲ ਇੱਕ ਫਰਾਡ ਹੋਣ ਲੱਗਿਆ ਸੀਗਾ ਪ੍ਰਮਾਤਮਾ ਨੇ ਬਚਾ ਲਿਆ ਉਸ ਫਰਾਡ ਤੋਂ ਤੇ ਮੈਂ ਸੋਚਿਆ ਸਾਰਿਆਂ ਨੂੰ ਦੱਸ ਦੇਈਏ ਇੱਕ ਵਾਰੀ ਵੀ ਸ਼ਾਇਦ ਕੋਈ ਬੀਰ ਭਰਾ ਮੇਰੀ ਇਹ ਸੁਣ ਕੇ ਗੱਲ ਸ਼ਾਇਦ ਬਚ ਜਵੇ ਜਾਂ ਗਾਂਹ ਤੇ ਗਾਂਹ ਜਿੱਦਾਂ ਕਿਸੇ ਦੀ ਹੈਲਪ ਹੋ ਜਵੇ ਤੇ ਉਸ ਕਰਕੇ ਮੈਂ ਸ਼ੇਅਰ ਕਰਨੀ ਚਾਹੁੰਦਾ ਸੀਗਾ ਤੁਹਾਡੇ ਨਾਲ ਕੱਲ ਕੱਲ ਦੀ ਇਹ ਗੱਲ ਵਾਕਿਆ ਤੁਹਾਡੇ ਨਾਲ ਅੱਜ ਮੈਂ ਸ਼ੇਅਰ ਕਰਨਾ ਚਾਹੁੰਦਾ ਆ ਇਹ ਮੇਰੇ ਨਾਲ ਕੱਲ ਇਦਾਂ ਹੋਇਆ ਮੇਰੀ ਵਾਈਫ ਨੂੰ ਕਿਸੇ ਬੰਦਿਆਂ ਨੇ ਫੋਨ ਕੀਤਾ ਕੱਲ ਸਵੇਰੇ 10 ਵਜੇ ਜਦੋਂ ਵਾਈਫ ਨੂੰ ਫੋਨ ਕੀਤਾ ਤੇ ਵਾਈਫ ਦੀ ਫੋਨ ਦੀ ਸਕਰੀਨ ਤੇ ਮੇਰਾ ਨੰਬਰ ਆ ਰਿਹਾ ਸੀ ਸ਼ੋ ਕਰਦਾ ਸੀਗਾ ਜਿੱਦਾਂ ਕਿ ਮੈਂ ਉਹਨੂੰ ਮੇਰੇ ਫੋਨ ਤੋਂ ਫੋਨ ਕਰ ਰਿਹਾ ਆ ਆਪਾਂ ਹਨਾ ਤੇ ਉਹਨਾਂ ਨੇ ਇਹ ਗੱਲ ਕਹੀ ਕਿ ਅਸੀਂ ਬੈਸਟ ਪ੍ਰੌਮ ਪਲੇ ਸਟੇਸ਼ਨ ਤੋਂ ਬੋਲਦੇ ਆ ਤੇ ਤੁਹਾਡਾ ਤੁਹਾਡਾ ਹਸਬੰਦ ਅਸੀਂ ਇੱਥੇ ਕੈਚ ਕੀਤਾ ਬੈਸਟ ਪ੍ਰੌਮ ਹਾਈ ਸਟਰੀਟ ਤੋਂ ਤੇ ਉਹ ਵਾਈਫ ਦੇ ਤਾਂ एकदम ਸ਼ੌਕ ਹੋ ਗਈ ਕਿ ਮੇਰੇ ਹਸਬੰਦ ਦੇ ਫੋਨ ਤੋਂ ਫੋਨ ਆਇਆ ਆ ਕਿ ਪੁਲਿਸ ਨੇ ਕਿੱਦਾਂ ਕੀ ਉਹਨੇ ਪੁੱਛਿਆ ਕੀ ਗੱਲ ਹੋਈ ਫਿਰ ਉਹਨਾਂ ਨੇ ਪ੍ਰੋਪਰ ਦੱਸਿਆ ਕਿ ਆ ਸਾਡਾ ਪੀਸੀ ਨੰਬਰ ਆ ਅਸੀਂ ਉਹਨੇ ਪੁਲਿਸ ਵਾਲੇ ਨੇ ਉਹ ਬੰਦੇ ਨੇ ਮੈਂ ਆ ਪੁਲਿਸਮੈਨ ਆ ਆ ਮੇਰਾ ਪੀਸੀ ਨੰਬਰ ਆ ਤੇ ਜਦੋਂ ਬਾਅਦ ਚ ਕੀਤੀ ਉਹ ਕਹਿੰਦੀ ਫੜਿਆ ਤੁਸੀਂ ਕਿਹੜੇ ਕੇਸ ਦੇ ਵਿੱਚ ਆ ਕੀ ਕੀਤਾ ਆ ਇਹਨੇ ਤੇ ਕਹਿੰਦੇ ਇਹਨੇ 2 ਵੀਕਾਂ ਪਹਿਲਾਂ ਆਪਣੇ ਡਰਾਈਵਿੰਗ ਲਾਇਸੈਂਸ ਸ਼ੋ ਕਰਕੇ ਵੈਸਟਰਨ ਜੂਨੀਅਰ ਦੇ ਥਰੂ 450 ਪਾਉਂਡੇ ਨੇ ਵੈਸਟਰਨ ਜੂਨੀਅਰ ਦੇ ਥਰੂ ਇਹਨੇ ਜਿੱਦਾਂ ਪੈਸੇ ਸੈਂਡ ਕੀਤੇ ਆ ਉਹ ਪੈਸੇ ਨਾਈਜੀਰੀਆ ਦੇ ਵਿੱਚ ਜਾ ਕੇ ਹੋਏ ਆ ਆਪਣੇ ਕੈਸ਼ ਹੋਏ ਆ ਤੇ ਉਹ ਟੈਰਰਿਸਟ ਅਟੈਕ ਦੇ ਵਿੱਚ ਯੂਜ਼ ਕੀਤੇ ਗਏ ਆ ਉਹ ਪੈਸੇ ਤੇ ਇਹਨੇ ਉਹ ਪੈਸੇ ਕੱਲੇ ਆ ਇਹਦੀ ਇਨਵੋਲਵਮੈਂਟ ਆ ਟੈਰਰਿਸਟ ਦੇ ਨਾਲ ਹਨਾ ਤੇ ਵਾਈਫ ਜਿਹਦਾ ਇੱਕਦਮ ਡਰ ਗਈ ਸ਼ੌਕ ਹੋ ਗਈ ਉਹਨਾਂ ਨੇ ਜਿੱਦਾਂ ਬਾਕੀ ਟ੍ਰੇਨਡ ਬੰਦੇ ਹੁੰਦੇ ਉਹ ਉਹਨਾਂ ਨੇ ਪ੍ਰੋਪਰ ਇਹਨੂੰ ਡਰਾ ਲਿਆ ਚੰਗੀ ਤਰ੍ਹਾਂ ਹਨਾ ਤੇ ਫੇ ਕਹਿੰਦੀ ਮੈਨੂੰ ਮੈਂ ਕਿਹੜੇ ਪੁਲਿਸ ਸਟੇਸ਼ਨ ਐ ਤੁਸੀਂ ਮੈਂ ਆਵਾਂ ਹਨਾ ਤੇ ਉਹਨਾਂ ਨੇ ਬੈਸਟ ਫਰਮ ਸਾਡੇ ਇੱਥੇ ਲੋਕਲ ਉਹਦਾ ਪੁਲਿਸ ਸਟੇਸ਼ਨ ਦਾ ਐਡਰੈਸ ਦਿੱਤਾ ਨਾਲ ਨੰਬਰ ਵੀ ਦੇ ਤਾਂ ਕਿ ਤੁਸੀਂ ਮੈਂ ਅਸੀਂ ਇੱਥੋਂ ਕਹਿੰਦੇ ਬੋਲਦੇ ਆਂ ਫਿਰ ਉਹ ਕਹਿੰਦੇ ਕਿ ਵਾਈਫ ਕਹਿੰਦੀ ਹੁਣ ਮੈਂ ਕੀ ਕਰਾਂ ਮੈਂ ਵਕੀਲ ਲੈ ਕੇ ਆਵਾਂ ਪੁਲਿਸ ਸਟੇਸ਼ਨ ਆਵਾਂ ਕੀ ਕਰਾਂ ਕਹਿੰਦੇ ਨਹੀਂ ਤੁਹਾਨੂੰ ਹੁਣ ਆਉਣ ਦੀ ਲੋੜ ਨਹੀਂ ਹੈਗੀ ਪੁਲਿਸ ਸਟੇਸ਼ਨ ਜਾਂ ਤਾਂ ਇਹਦੀ 3 ਦਿਨਾਂ ਬਾਅਦ ਤੁਹਾਨੂੰ ਕੋਰਟ ਚੋਂ ਬੇਲ ਕਰਾਉਣੀ ਪੈਣੀ ਆ ਤੇ ਵਾਈਫ ਕਹਿੰਦੀ ਇਦਾਂ ਕਿਦਾਂ ਹੋ ਸਕਦੀ ਆ ਤੇ ਉਹ ਜਾਂ ਫਿਰ ਉਹ ਕਹਿੰਦੇ ਕਿ ਤੁਹਾਡੇ ਕੋਲ ਸੈਕੰਡ ਆਪਸ਼ਨ ਇਹ ਆ ਕਿ ਤੁਸੀਂ ਹਨਾ 3200 ਪਾਉਂਡ 33200 ਪਾਉਂਡ 33200 ਪਾਉਂਡ ਇਹਦੇ ਤੁਸੀਂ ਤੁਹਾਨੂੰ ਅਸੀਂ ਇਹਦਾ ਅਕਾਊਂਟ ਨੰਬਰ ਦਿੰਨੇ ਆ ਤੇ ਇਹਦੇ ਅਕਾਊਂਟ ਦੇ ਵਿੱਚ ਤੁਸੀਂ ਹਨਾ ਉਹ ਕਰ ਦਿਓ ਡਿਪੋਜ਼ਿਟ ਕਰ ਦਿਓ ਅਸੀਂ ਇਹਨੂੰ 4 ਵਜੇ ਤੋਂ ਪਹਿਲਾਂ ਪਹਿਲਾਂ ਅਸੀਂ ਇਹਨੂੰ ਫਿਰ ਰੀਲੀਜ਼ ਕਰ ਦੇਣਾ ਆ ਵਾਈਫ ਮੈਂ ਟਰਾਈ ਕਰੀ ਜਾਂਦਾ ਸੀਗਾ ਵਾਈਫ ਨੂੰ ਫੋਨ ਕਰਨ ਨੂੰ ਉਹਨਾਂ ਨੇ ਵਾਈਫ ਦਾ ਫੋਨ ਪਤਾ ਨਹੀਂ ਕੋਈ ਸਿਸਟਮ ਜਿੱਦਾਂ ਸਿਕਿਉਰ ਲਾਈਨ ਤੇ ਲਾ ਲਿਆ ਉਹਨਾਂ ਨੇ ਜਿੱਦਾਂ ਹਨਾ ਵਾਈਫ ਦਾ ਫੋਨ ਹੋਲਡ ਆਈ ਜਾਂਦਾ ਸੀਗਾ ਅ ਪੂਰੇ ਢਾਈ ਘੰਟੇ ਉਹ ਫੋਨ ਤੇ ਲੱਗੇ ਰਿਹਾ ਜਿੱਦਾਂ ਉਹਨਾਂ ਨੇ ਪੂਰਾ ਕਨਵੈਂਸ ਕਰ ਲਿਆ ਫਿਰ ਉਹ ਉਹਨਾਂ ਨੇ ਕਿਹਾ ਕਿ ਪੈਸੇ ਤੈਨੂੰ ਬੈਂਕ ਤੋਂ ਜਾ ਕੇ ਵਿਦਡਰੋ ਕਰਾਉਣੇ ਪੈਣੇ ਆ ਬੈਂਕ ਤੋਂ ਪੈਸੇ ਲੈ ਕੇ ਤੇ ਫਿਰ ਅਸੀਂ ਉਹਨਾਂ ਨੇ ਡਾਇਰੈਕਸ਼ਨ ਦਿੱਤੀ ਕੋਈ ਬਿਟਕੋਇਨ ਹੈ ਅੱਜਕੱਲ ਕੋਈ ਸਿਸਟਮ ਮੈਨੂੰ ਤਾਂ ਪਤਾ ਨਹੀਂ ਸੀ ਉਹਦੇ ਬਾਰੇ ਬਿਟਕੋਇਨ ਦੇ ਕਹਿੰਦੇ ਥਰੂ ਤੈਨੂੰ ਅਸੀਂ ਆਪਣਾ ਇਹਦਾ ਬਾਰ ਕੋਡ ਤੇ ਉਹ ਕਹਿੰਦੀ ਮੈਨੂੰ ਪਤਾ ਨਹੀਂ ਬਿਟਕੋਇਨ ਕਿੱਥੇ ਆ ਫਿਰ ਉਹਨਾਂ ਨੇ ਇਹ ਕਿਹਾ ਕਿ ਇਹ ਤੋਂ ਪੁੱਛਿਆ ਤੇਰੀ ਲੋਕੇਸ਼ਨ ਕਿੱਥੇ ਆ ਫਿਰ ਬੈਂਕ 'ਚ ਜਦੋਂ ਗਈ ਇਹਨੇ ਬੈਂਕ 'ਚ ਇਹਨੇ ਕਿਹਾ ਕਿ ਮੇਰੇ ਕੋਲ ਤਾਂ 2000 ਪਾਉਂਡ ਹੀ ਆ ਬੈਂਕ 'ਚ ਹੋਰ ਹੈ ਨਹੀਂਗੇ ਹਨਾ ਅਕਾਊਂਟ ਤੇ ਉਹ ਕਹਿੰਦੇ ਤੂੰ ਐਦਾਂ ਕਰ 2000 ਪਾਉਂਡ ਹੀ ਤੂੰ ਪਾ ਦੇ ਉਹਦੇ ਅਕਾਊਂਟ ਦੇ ਵਿੱਚ ਬਾਕੀ ਤੂੰ ਪ੍ਰੋਸੀਜਰ ਸਟਾਰਟ ਕਰਾ ਲਾ ਫਿਰ ਬਾਅਦ ਦੇ ਵਿੱਚ ਬਾਕੀ ਦੇ ਪੈਸੇ ਪੈ ਜਾਣਗੇ ਹਨਾ ਤੇ ਇਹ ਕਹਿੰਦੀ ਠੀਕ ਆ ਜਿੱਦਾਂ ਪੈਨਿਕ ਹੋ ਗਈ ਰੋਈ ਜਾਂਦੀ ਹੀ ਬੰਦਾ ਡਰ ਹੀ ਜਾਂਦਾ ਤੇ ਬਾਅਦ ਚ ਇਹਨੂੰ ਇਹ ਕਹਿੰਦੀ ਮੈਨੂੰ ਹੁਣ ਪਤਾ ਨਹੀਂ ਬਿਟਕੋਇਨ ਮਸ਼ੀਨ ਕਿੱਥੇ ਆ ਇਹਨੂੰ ਕਹਿੰਦੇ ਤੇਰੀ ਲੋਕੇਸ਼ਨ ਕਿੱਥੇ ਤੂੰ ਕਿੱਥੇ ਆ ਇਸ ਟਾਈਮ ਇਹਨੇ ਦੱਸਿਆ ਮੈਂ ਫਲਾਣੇ ਥਾਂ ਬੈਂਕ ਚ ਖੜੀ ਆ ਹਨਾ ਇਹਨੂੰ ਉਹਨਾਂ ਨੇ ਪੂਰੀ ਫੋਨ ਤੇ ਡਾਇਰੈਕਸ਼ਨ ਦਿੱਤੀ ਜੀ ਇੱਥੋਂ ਤੁਸੀਂ ਖੱਬੇ ਨੂੰ ਆ ਜਾਓ ਇੱਥੋਂ ਤੁਸੀਂ ਸੱਜੇ ਨੂੰ ਚਲੇ ਜਾਓ ਜਿੱਥੇ ਉਹ ਮਸ਼ੀਨ ਸੀਗੀ ਉਸ ਸ਼ਾਪ ਤੇ ਲੈ ਗਿਆ ਜਦੋਂ ਸ਼ਾਪ ਤੇ ਗਈ ਇਹ ਸ਼ਾਪ ਤੇ ਮੁੰਡਾ ਆਪਣਾ ਇੰਡੀਅਨ ਸੀਗਾ ਉਹਨੇ ਦੇਖਿਆ ਕਿ ਲੇਡੀ ਕੱਲੀ ਇਦਾਂ ਰੋਂਦੀ ਨਾਲ ਨਿਆਣਾ ਇਦਾਂ ਇਦਾਂ ਹਨਾ ਜਦੋਂ ਪਤਾ ਲੱਗੀ ਜਾਂਦਾ ਕਿ ਸਮਥਿੰਗ ਰੋਂ ਗਿਆ ਉਨੇ ਬੰਦੇ ਨੇ ਇਹਨੂੰ ਪੁੱਛਿਆ ਬਈ ਕੀ ਹੋਇਆ ਭੈਣ ਜੀ ਤੁਹਾਨੂੰ ਠੀਕ ਹੈ ਸਾਰਾ ਕੁਝ ਤੇ ਇਹਨੂੰ ਉਹ ਬੰਦਾ ਫੋਨ ਤੇ ਕਹਿੰਦਾ ਤੂੰ ਕਿਸੇ ਨੂੰ ਦੱਸੀ ਨਾ ਇਹਨੂੰ ਇਹਨੂੰ ਬੰਦੇ ਨੂੰ ਕਹਦੇ ਕਿ ਮੈਂ ਆਪਣੇ ਬ੍ਰਦਰ ਨਾਲ ਗੱਲ ਕਰਦੀ ਆ ਪਹਿਲਾਂ ਉਹਨਾਂ ਨੇ ਇਹਨੂੰ ਡਰਾ ਲਿਆ ਕਿ ਜੇ ਤੁਸੀਂ ਕਿਸੇ ਥਰਡ ਬੰਦੇ ਦੇ ਨਾਲ ਇਹ ਗੱਲ ਸ਼ੇਅਰ ਕੀਤੀ ਕਿ ਪੁਲਿਸ ਦਾ ਤੁਹਾਨੂੰ ਫੋਨ ਆਇਆ ਆ ਕਿ ਤੁਹਾਨੂੰ ਸਾਰੇ ਟੱਬਰ ਨੂੰ ਪ੍ਰੋਬਲਮ ਪੈ ਸਕਦੀ ਆ ਸਾਰੀ ਫੈਮਿਲੀ ਨੂੰ ਫਿਰ ਇਹਨੂੰ ਉਹਨਾਂ ਨੇ ਪੁੱਛਿਆ ਕਿ ਤੈਨੂੰ ਪੱਕਾ ਪਤਾ ਹਸਬੰਦ ਤਾਂ ਲੰਡਨ ਨਹੀਂ ਗਿਆ ਉਹ ਕਹਿੰਦੇ ਲੰਡਨ ਤੋਂ ਪੈਸੇ ਇਹਨੇ ਜਾ ਕੇ ਪਾਏ ਆ ਹਨਾ ਤੇ ਵਾਈਫ ਮੇਰੀ ਕਹਿੰਦੀ ਐ ਲੰਡਨ ਗਿਆ ਹੀ ਨਹੀਂ ਮੇਰੇ ਨਾਲ ਆ ਨਾਲੇ ਕਹਿੰਦੀ ਇਹਨੇ ਪੈਸੇ ਪਾਏ ਹੀ ਨਹੀਂ ਕੋਈ ਹੈਗੇ ਕਹਿੰਦੇ ਤੂੰ ਸ਼ੋਰ ਰਿਆਂ ਕਿੰਨੀ ਹਾਂ ਮੈਂ 100% ਸ਼ੋਰ ਰਿਆਂ ਇਹਨੂੰ ਕਹਿੰਦੇ ਜੇ ਪਰਸੋਂ ਨੂੰ ਕੋਰਟ ਚ ਲੈ ਕੇ ਜਾਣਾ ਇਹਨੂੰ ਜੇ ਇਹਦੀ ਵੀ ਕੋਈ ਇਨਵੋਲਵਮੈਂਟ ਹੋਈ ਤੇ ਨਾਲ ਤੂੰ ਔਨ ਰਿਕਾਰਡ ਕਹਿ ਰਹੀ ਆ ਇਹਦਾ ਕੋਈ ਕਸੂਰ ਨਹੀਂ ਨਾਲ ਤੈਨੂੰ ਵੀ ਅਸੀਂ ਫੜ ਲੈਣਾ ਆ ਉਹ ਕਹਿੰਦੀ ਫੜ ਲਿਓ ਜਦਾ ਅਸੀਂ ਕੁਝ ਗਲਤ ਕੀਤਾ ਹੀ ਨਹੀਂ ਹਨ ਤੇ ਇਹਦਾ ਕਾਰ ਕਰਾ ਕੇ ਜੀ ਉਹ ਉਥੇ ਲੈ ਗਿਆ ਜਦੋਂ ਮਸ਼ੀਨ ਚ ਫੇ ਕਹਿੰਦੇ ਪੈਸੇ ਜਿਹੜੇ ਤੁਸੀਂ ਵਿਦਡਰੋ ਕਨਾਉਣੇ ਆ ਉਹ ਤੁਹਾਡੇ ਕੋਲ ਜਦੋਂ ਤੁਸੀਂ ਪਰਸੋਂ ਨੂੰ ਕੋਰਟ 'ਚ ਜਾਣਾ ਆ ਜੇ ਤੁਹਾਡੇ ਕੋਲ ਰਸੀਦ ਹੋਈਵੇ ਤੁਸੀਂ ਬੈਂਕ 'ਚੋਂ ਵਿਦਡਰੋ ਕਰਾਏ ਆ ਫੇਰ ਤੁਹਾਨੂੰ ਪੈਸੇ ਵਾਪਸ ਮਿਲਣੇ ਆ ਨਹੀਂ ਤਾਂ ਤੁਹਾਨੂੰ ਪੈਸੇ ਨਹੀਂ ਮਿਲਣੇ ਸੋ ਤੁਸੀਂ ਬੈਂਕ ਤੋਂ ਵਿਦਡਰੋ ਕਰਾਉਣੇ ਆ ਨਾਲੇ ਨੋਟ ਲੈਣੇ ਆ 10 ਪੌਂਡਾਂ ਦੇ ਤੇ 20 ਪੌਂਡਾਂ ਦੇ ਉਹ ਨੋਟ ਬਾਅਦ 'ਚ ਪਤਾ ਲੱਗਾ ਮਸ਼ੀਨ 50 ਪੌਂਡਾਂ ਦਾ ਨੋਟ ਨਹੀਂ ਐਕਸੈਪਟ ਕਰਦੀ ਜੇ ਉਧਰੋਂ ਪੈਸੇ ਪਾਉਣ ਨੂੰ ਸਟਾਰਟ ਕਰ ਦਿੱਤੇ ਨੇ ਤੇ ਜਦੋਂ ਹਜੇ 6 ਨੋਟ ਪਾ ਹੋਏ ਸੀਗੇ ਉਹਨਾਂ ਨੂੰ ਕਿਤੇ ਹੋ ਗਿਆ ਸ਼ੋਰ ਵੀ ਹੁਣ ਪੈਸੇ ਪੈ ਗਏ ਕਿਤੇ ਉਹਨਾਂ ਦੀ ਲਾਈਨ ਕੱਟ ਹੋ ਗਈ ਬਾਈ ਚਾਂਸ ਰੱਬ ਨੇ ਸਾਡੀ ਹੈਲਪ ਕਰਨੀ ਸੀਗੀ ਉਧਰੋਂ ਮੈਂ ਬਾਰ ਬਾਰ ਫੋਨ ਦੀ ਟਰਾਈ ਕਰੀ ਜਾਂਦਾ ਸੀਗਾ ਮੇਰੀ ਵੀਡੀਓ ਕਾਲ ਲੱਗ ਗਈ ਇਹਨੂੰ ਜਦੋਂ ਮੈਂ ਇਹਨੇ ਫੋਨ ਚੱਕਿਆ ਕਹਿੰਦੀ ਤੁਸੀਂ ਕਿੱਥੇ ਆ ਮੈਂ ਕਹਾਂ ਤੂੰ ਕਿੱਥੇ ਆ ਮੈਂ ਤੈਨੂੰ ਫੋਨ ਕਰੀ ਜਾਂਦਾ ਕਹਿੰਦੀ ਮੈਨੂੰ ਤਾਂ ਫੋਨ ਆਇਆ ਕਿ ਤੁਹਾਨੂੰ ਪੁਲਿਸ ਨੇ ਫੜਿਆ ਆ ਇਦਾਂ ਇਦਾਂ ਹਨਾ ਤੇ ਮੈਂ ਕਹਾਂ ਨਹੀਂ ਮੈਂ ਤਾਂ ਕੰਮ ਤੇ ਆ ਕੋਈ ਗੱਲਬਾਤ ਨਹੀਂ ਚਲੋ ਇਦਾਂ ਕਰਕੇ ਸਾਡਾ ਪਰਮਾਤਮਾ ਨੇ ਬਚਾ ਕਰ ਦਿੱਤਾ ਸੋ ਮੈਂ ਹੁਣ ਇਸ ਕਰਕੇ ਵੀਡੀਓ ਸਾਡਾ ਕੋਈ ਨੁਕਸਾਨ ਨਹੀਂ ਹੋਇਆ ਵੈਸੇ ਬਈ ਗਾਂ ਇਹ ਸਾਰੇ ਮੌਲਖਾਂ ਜੀ ਕਹਿੰਦੇ ਇਸ ਤਰ੍ਹਾਂ ਦਾ ਪ੍ਰੋਗਰਾਮ ਅੱਜਕੱਲ ਬਹੁਤ ਚੱਲ ਰਿਹਾ ਅਮਰੀਕਾ ਕੈਨੇਡਾ ਚ ਵੀ ਤੇ ਪੁਲਿਸ ਕੇਅਰਫੁਲ ਹੋਇਓ ਸਾਰਿਆਂ ਨੂੰ ਜਿੱਥੋਂ ਤੱਕ ਹੋ ਸਕਦਾ ਦੱਸੋ ਤੁਸੀਂ ਕੱਲ ਸਾਡੇ ਇੱਥੇ ਰੇਡੀਓ ਲੋਕਲ ਰੇਡੀਓ ਰਾਜ ਰੇਡੀਓ ਉੱਤੇ ਵੀ ਮੈਂ ਗਿਆ ਸੀ ਰੇਡੀਓ ਤੇ ਪ੍ਰੋਗਰਾਮ ਕਰਕੇ ਮੈਂ ਇਹ ਟਰਾਈ ਕਰਦਾ ਆ ਕਿ ਜਿੰਨੀ ਵੀ ਵੱਧ ਤੋਂ ਵੱਧ ਹੋ ਸਕੇ ਆਪਣੀ ਕਮਿਊਨਿਟੀ ਨੂੰ ਪਤਾ ਲੱਗ ਜਵੇ ਫਿਰ ਪੁਲਿਸ ਵਾਲਿਆਂ ਨੇ ਮੈਨੂੰ ਦੱਸਿਆ ਆ ਕਹਿੰਦੇ ਜਿਹੜਾ ਇਹ ਨੰਬਰ ਆਉਣਾ ਆ ਇਹ ਕੋਈ ਅੱਜਕੱਲ ਐਪ ਡਾਊਨਲੋਡ ਹੁੰਦਾ ਆ ਉਹ ਐਪ ਡਾਊਨਲੋਡ ਕਰਕੇ ਜਿਹੜਾ ਤੁਸੀਂ ਚਾਹੋ ਨੇ ਆ ਨੰਬਰ ਉਹ ਅਗਲੇ ਦੀ ਸਕਰੀਨ ਤੇ ਜਾਣਾ ਆ ਚਾਹੇ ਤੁਸੀਂ ਉਹ ਕਾਲ ਸਕਦੇ ਆ ਕਿਸੇ ਦਾ ਨੰਬਰ ਜਾਂ ਕਿਸੇ ਕੰਪਨੀ ਦਾ ਨੰਬਰ ਜਿਹਦਾ ਮਰਜ਼ੀ ਨੰਬਰ ਕਾਲ ਸਕਦੇ ਆ ਅੱਜ ਕੱਲ ਇਹ ਨਵਾਂ ਫਰੌਡ ਚੱਲਿਆ ਆ ਤੇ ਪਲੀਜ਼ ਮੈਂ ਰਿਕਵੈਸਟ ਕਰਦਾ ਸਾਰਿਆਂ ਨੂੰ ਜਿਹੜਾ ਵੀ ਬੰਦਾ ਮੇਰੀ ਵੀਡੀਓ ਦੇਖੇ ਜਾਂ ਬਾਅਦ ਚ ਸੁਣੇ ਤੇ ਉਹ ਸ਼ੇਅਰ ਕਰਿਓ ਜਰੂਰ ਨਾਲੇ ਆਪੋ ਆਪਣੀ ਫੈਮਿਲੀ ਨੂੰ ਸਾਰਿਆਂ ਨੂੰ ਦੱਸਿਓ ਤੇ ਪਲੀਜ਼ ਆਪੋ ਆਪਣਾ ਬਚਾ ਕਰੋ ਪੁਲਿਸ ਵਾਲੇ ਬਾਅਦ ਚ ਕੁਛ ਨਹੀਂ ਕਰਦੇ ਪੁਲਿਸ ਵਾਲਿਆਂ ਨੇ ਸਾਨੂੰ ਲੌਗ ਇਨ ਨੰਬਰ ਅਸੀਂ ਕੰਪਲੇਂਟ ਕਰ ਦਿੱਤੀ ਆ ਪਰ ਉਹ ਕਹਿੰਦੇ ਕੁਛ ਨਹੀਂ ਹੋ ਸਕਦਾ ਜੇ ਕੁਛ ਹੋਇਆ ਤੁਹਾਨੂੰ ਆਪਾਂ ਦੱਸ ਦਵਾਂਗੇ ਹਨਾ ਤੇ ਇੱਕ ਪੁਲਿਸ ਵਾਲਿਆਂ ਨੇ ਕੱਲ ਮੈਨੂੰ ਹੋਰ ਦੱਸਿਆ ਕਹਿੰਦੇ ਇੱਕ ਨਵਾਂ ਚੱਲਿਆ ਆ ਫਰੋਡ ਇੱਕ ਹੋਰ ਤਰੀਕੇ ਨਾਲ ਕਰਦੇ ਆ ਉਹ ਇਸ ਤਰ੍ਹਾਂ ਐਪ ਯੂਜ਼ ਕਰਕੇ ਤੁਹਾਡੇ ਫੋਨ ਤੇ ਫੋਨ ਕਰਦੇ ਆ ਉਹ ਨੰਬਰ ਚੱਕਦੇ ਆ ਪਾਰਸਲ ਲੈਣ ਦਾ ਜਾਂ ਇਹਦਾ ਪੋਸਟ ਆਫਿਸ ਦਾ ਹਨਾ ਫਿਰ ਉਹ ਤੁਹਾਨੂੰ ਫੋਨ ਕਰਦੇ ਆ ਉਹ ਕਹਿੰਦੇ ਆ ਕਿ ਤੁਹਾਡਾ ਡਿਲੀਵਰੀ ਆ ਤੁਹਾਡਾ ਪਾਰਸਲ ਆ ਹਨਾ ਅਸੀਂ ਤੁਹਾਡੇ ਘਰ ਪਾਰਸਲ ਕਰਨ ਆਉਣਾ ਹੈ ਤੇ ਇਹਦੇ ਪਾਰਸਲ ਦੇ ਪੈਸੇ ਇੰਟਰਨੈਸ਼ਨਲ ਪਾਰਸਲ ਆ ਇਹਦੇ ਪੈਸੇ ਤੁਹਾਨੂੰ ਪੇ ਕਰਨੇ ਪੈਣੇ ਆ ਉਹ ਫਿਰ ਆਉਂਦੇ ਆ ਨਾਲ ਕਹਿੰਦੇ ਮਸ਼ੀਨ ਆਪਣੀ ਉਹ ਲੈ ਕੇ ਆਉਂਦੇ ਆ ਤੇ ਉਹ ਤੁਹਾਡੇ ਕੋਲੋਂ ਫਿਰ ਕਾਰਡ ਸਵਾਈਪ ਕਰਾ ਕੇ ਪੈਸੇ ਲੈ ਲੈਂਦੇ ਆ ਜੜਾ ਜੋ ਵੀ ਬਾਕਸ ਦੇ ਕੇ ਜਾਂਦੇ ਖਾਲੀ ਹੁੰਦਾ ਉਹ ਉਹ ਪੁਲਿਸ ਵਾਲਿਆਂ ਨੇ ਮੈਨੂੰ ਦੱਸਿਆ ਅੱਜ ਵੀ ਪੁਲਿਸ ਵਾਲਿਆਂ ਨਾਲ ਮੀਟਿੰਗ ਸੀਗੀ ਤੇ ਉਹ ਕਹਿੰਦੇ ਤੁਸੀਂ ਇਹੀ ਹੋ ਸਕਦਾ ਹੈ ਕਿ ਆਪਣੀ ਕਮਿਊਨਿਟੀ ਨੂੰ ਜਿੰਨਾ ਅਵੇਅਰ ਕਰ ਸਕਦੇ ਆ ਕਰੋ ਤੇ ਬਾਕੀ ਜਿਹੜਾ ਹੋਣਾ ਆ ਹਨਾ ਤੇ ਮੈਂ ਸਿਰਫ ਇਹੀ ਮੇਰਾ ਪਰਪਸ ਹੈਗਾ ਵੀਡੀਓ ਪਾਉਣ ਦਾ ਭਈ ਚਲੋ ਜੇ ਕੋਈ ਬੰਦਾ ਵੀਡੀਓ ਸੁਣ ਕੇ ਵੀ ਰੱਬ ਨਾ ਕਰੇ ਕਿਸੇ ਦੇ ਨਾਲ ਇਹੋ ਜਿਹਾ ਹੈਪਨ ਹੋਵੇ ਪ੍ਰਮਾਤਮਾ ਵਾਹਿਗੁਰੂ ਕਿਸੇ ਦੇ ਨਾਲ ਨਾ ਇਦਾਂ ਕਰੇ ਜਿਦਾ ਸਾਡੇ ਨਾਲ ਹੋਇਆ ਕੱਲ ਬਹੁਤ ਬੈਡ ਦੇਨ ਸੀਗਾ ਸਾਡੇ ਲਈ ਬਟ ਇਨਾ ਰੱਬ ਦਾ ਫੇਰ ਲੱਖ ਲੱਖ ਵਾਰੀ ਸ਼ੁਕਰ ਆ ਕਿ ਕੋਈ ਨੁਕਸਾਨ ਨਹੀਂ ਹੋਇਆ ਚਲੋ ਪੈਸਿਆਂ ਦੀ ਵੀ ਬਚਾਅ ਹੋ ਗਿਆ ਪੈਸਿਆਂ ਦੇ ਵੀ ਇੱਡਾ ਨਹੀਂ ਕੱਲ ਨੂੰ ਜੇ ਕੋਈ ਇਦਾਂ ਦਾ ਬੰਦਾ ਫੋਨ ਕਰਕੇ ਕੁਝ ਵੀ ਕਹਿ ਸਕਦਾ ਆ ਕਿ ਤੁਹਾਡੇ ਹਸਬੰਡ ਦਾ ਇੱਥੇ ਐਕਸੀਡੈਂਟ ਹੋਇਆ ਆ ਤੁਸੀਂ ਇੱਥੇ ਆ ਜਾਓ ਜਾਂ ਕੁਝ ਵੀ ਕਰਵਾ ਸਕਦਾ ਕੋਈ ਵੀ ਬੰਦਾ ਹਨ ਮੇਨ ਜਿਹੜਾ ਰੀਜ਼ਨ ਸੀਗਾ ਮੇਰਾ ਫੋਨ ਚਲੇ ਗਿਆ ਸਕਰੀਨ ਤੇ ਹਨਾ ਵਾਈਫ ਦੇ ਤੇ ਉਹਦਾ ਕਰਕੇ ਉਹਨੂੰ ਦੂਜੇ ਪਾਸੇ ਸੋਚਣ ਨੂੰ ਜਦਾਂ ਦਿਮਾਗ ਹੀ ਨਹੀਂ ਗਿਆ ਕਿ ਫਰੌਡ ਵੀ ਹੋ ਸਕਦਾ ਆ ਸੋ ਇਹ ਸਾਰੇ ਮੌਲਖਾਂ ਜੀ ਮੇਰਾ ਖਿਆਲ ਅੱਜ ਕੱਲ ਹੈਗਾ ਇੰਗਲੈਂਡ ਚ ਤਾਂ ਇਹ ਪੁਲਿਸ ਵਾਲੇ ਕਹਿੰਦੇ ਵੀ ਥੋੜੀ ਜਿਹੀ ਚਾਂਸ ਹੋਏ ਆ ਬਟ ਇਹ ਬਾਹਰ ਆਪਣੇ ਯੂ ਐਸ اے ਕੈਨੇਡਾ ਦੇ ਵਿੱਚ ਕਹਿੰਦੇ ਇਹ ਬਹੁਤ ਜ਼ਿਆਦਾ ਚਾਂਸ ਹੋਏ ਆ ਇਹ ਹੈ ਨਾ ਸੋ ਪਲੀਜ਼ ਕੇਅਰਫੁਲ ਹੋਇਓ ਸਾਰੇ ਜਾਨੇ ਤੇ ਆਪੋ ਆਪਣੀਆਂ ਫੈਮਲੀਆਂ ਦਾ ਖਿਆਲ ਰੱਖੋ ਜੇ ਕੁਝ ਇਦਾਂ ਦਾ ਹੈਪਨ ਹੁੰਦਾ ਵੀ ਆ ਪੈਨਿਕ ਨਾ ਹੋਵੋ ਡਰੋ ਨਾ ਕੁਝ ਵੀ ਹੈ ਨਾ ਬੰਦਾ ਪੈਨਿਕ ਹੋ ਕੇ ਕਈ ਵਾਰੀ ਬਹੁਤ ਗਲਤ ਸਟੈਪ ਲੈ ਲਿੰਦਾ ਪਤਾ ਨਹੀਂ ਲੱਗਦਾ ਹੈ ਨਾ ਸੋ ਪ੍ਰਮਾਤਮਾ ਇਦਾਂ ਦਾ ਕਿਸੇ ਦੇ ਨਾਲ ਹੈਪਨ ਨਾ ਕਰੇ ਬਾਕੀ ਜੇ ਕਿ ਹੋ ਵੀ ਜਾਂਦਾ ਚਲੋ ਬੰਦਿਆਂ ਦੇ ਨਾਲ ਹੀ ਪ੍ਰੋਬਲਮਾਂ ਹੁੰਦੀਆਂ ਆ ਘਬਰਾਓ ਨਾ ਹਨਾ ਤੇ ਆਪਣਾ ਠੰਡੇ ਦਿਮਾਗ ਨਾਲ ਸੋਚੋ ਜੋ ਵੀ ਆ ਜਿੱਦਾਂ ਵੀ ਆ ਹਨਾ ਤੇ ਬਾਕੀ ਆ ਨਵੀਂ ਚੀਜ਼ ਆ ਹਜੇ ਫਰੌਡ ਦੀ ਮੈਂ ਤਾਂ ਪਹਿਲੀ ਵਾਰੀ ਸੁਣਿਆ ਇਹ ਫਰੌਡ ਇਦਾਂ ਦਾ ਹੁੰਦਾ ਹਨਾ ਤੇ ਤੁਸੀਂ ਆਪਣਾ ਬਈ ਸਾਰਿਆਂ ਨੂੰ ਦੱਸੋ ਤੁਸੀਂ ਜਿੱਥੇ ਤੱਕ ਵੀਡੀਓ ਪਹੁੰਚਾ ਸਕਦੇ ਆ ਇੱਥੇ ਇੰਗਲੈਂਡ ਚ ਵੀ ਬਾਹਰਲੇਆਂ ਮੌਲਕਾਂ ਵਿੱਚ ਵੀ ਹੈਨਾ ਵੀ ਜੇ ਆਪਣੀ ਵੀਡੀਓ ਸੁਣ ਕੇ ਜਾਂ ਤੁਸੀਂ ਕਿਤੇ ਸ਼ੇਅਰ ਕੀਤੀ ਆ ਜਾਂ ਮੇਰੀ ਵੀਡੀਓ ਕੋਈ ਵੀ ਬੰਦਾ ਸੁਣ ਕੇ ਕਿਸੇ ਦੇ ਨਾਲ ਹੈਪਨ ਹੋਣ ਲੱਗਦਾ ਆ ਬੰਦਾ ਇੱਕ ਵਾਰੀ ਸੋਚਦਾ ਦਵਾਮਗ ਚ ਲੈ ਵੀ ਇਹ ਫਲਾਣੇ ਬੰਦੇ ਨਾਲ ਇਦਾਂ ਹੋਈ ਸੀ ਕਿਤੇ ਸਕੈਮ ਤਾਂ ਹੈਲੋ ਜੀ ਸੋ ਇਦਾਂ ਆ ਜੀ ਕਰਕੇ ਇਦਾਂ ਕੱਲ ਗੱਲਬਾਤ ਹੋਈ ਆ ਆਪਣੇ ਨਾਲ ਮੈਂ ਸੋਚਿਆ ਚਲੋ ਤੁਹਾਡੇ ਸਾਰਿਆਂ ਨਾਲ ਸ਼ੇਅਰ ਕਰ ਦਵਾ ਮੈਂ ਬਈ ਆਪਣਾ ਭਈ ਕਿਸੇ ਨਾ ਕਿਸੇ ਦਾ ਚਲੋ ਬਚਾਅ ਹੋ ਜਵੇ ਵਾਹਿਗੁਰੂ ਇਦਾਂ ਕਿਸੇ ਦੇ ਨਾਲ ਨਾ ਕਰੇ ਤੇ ਚਲੋ ਚੰਗਾ ਜੀ ਭਾਜੀ ਸਸਰੀ ਗੱਲ ਸਾਰਿਆਂ ਨੂੰ ਵੀਰਾਂ ਭੈਣਾਂ ਨੂੰ ਜਿੰਨੇ ਦੇਖਦੇ ਆ ਜਾਂ ਜਿਨ੍ਹਾਂ ਨੇ ਗਾਹ ਵੀ ਵੀਡੀਓ ਦੇਖੀ ਪਲੀਜ਼ ਮੇਰੀ ਰਿਕੁਐਸਟ ਆ ਹੈ ਵੀ ਵੱਧ ਤੋਂ ਵੱਧ ਇਹਨੂੰ ਸ਼ੇਅਰ ਕਰੋ ਤੇ ਇੱਕ ਹੋਰ ਚੀਜ਼ ਆ ਜਿੱਦਾਂ ਹੁਣ ਆਪਣੇ ਇਹ ਆਉਂਦੇ ਆ ਆਪਣੇ ਮੀਟਰ ਰੀਡਿੰਗ ਕਰਨ ਵਾਲੇ ਵੀ ਆਉਂਦੇ ਆ ਇਹ ਵੀ ਅੱਜਕੱਲ ਬਹੁਤ ਫਰਾਡ ਆ ਇਹ ਵੀ ਤੁਸੀਂ ਟਰਾਈ ਕਰੋ ਉਹਨਾਂ ਦਾ ਕੰਪਨੀ ਵਾਲਿਆਂ ਨਾਲ ਗੱਲ ਕਰਕੇ ਜਾਂ ਰੀਡਿੰਗ ਆਪ ਲਖਾਓ ਜਾਂ ਉਹਨਾਂ ਨੂੰ ਕਹੋ ਕਿ ਅਪਾਇੰਟਮੈਂਟ ਲੈ ਕੇ ਫੇਰ ਡੋਰ ਖੋਲੋ ਇਹ ਵੀ ਹੈਪਨ ਹੋਇਆ ਆ ਕਿਤੇ ਉੱਤੇ ਸਮਹਿਤ ਸਾਡੀ ਮਾਤਾ ਰਹਿੰਦੀ ਉਹਨਾਂ ਦੇ ਘਰ ਦੇ ਲਾਗੇ ਛਾਗੇ ਉਹ ਮੀਟਰ ਰੀਡਿੰਗ ਕਰਨ ਦੇ ਬਹਾਨੇ ਬੰਦੇ ਨੇ ਡੋਰ ਖਲਵਾ ਲਈ ਆ ਉਹਦੇ ਪਿੱਛੇ ਸਾਈਡ ਤੇ ਤਿੰਨ ਚਾਰ ਕਾਲੇ ਖੜੇ ਸੀਗੇ ਉਹ ਬੰਦੇ ਨੂੰ ਉਹ ਜਦੋਂ ਡੋਰ ਖੋਲੀ ਮਾਤਾ ਨੇ ਧੱਕਾ ਦੇ ਕੇ ਅੰਦਰ ਵੜ ਗਏ ਉਹਨਾਂ ਦੇ ਕਾਫੀ ਉਹਨਾਂ ਦਾ ਨੁਕਸਾਨ ਕਰਕੇ ਗਏ ਆ ਹਨਾ ਸੋ ਅੱਜਕੱਲ ਤਾਂ ਇਹ ਆ ਵੀ ਆਪੋ ਆਪਣਾ ਸਮਾਨ ਸੰਭਲੋ ਕਿਸੇ ਨੂੰ ਚੋਰ ਕਹਿਣ ਦੀ بجائے ਅੱਜਕੱਲ ਅੱਗੇ ਕਹਿੰਦੇ ਹੁੰਦੇ ਸੀ ਕਿ ਬਾਹਰਲੇ ਮਾਲਕਾਂ 'ਚ ਠੱਗੀ ਹੈ ਨਹੀਂ ਬਾਹਰਲੇ ਮਾਲਕਾਂ 'ਚ ਚੋਰੀ ਹੈ ਨਹੀਂ ਤੇ ਅੱਜਕੱਲ ਤਾਂ ਵੀ ਵੀਰੋ ਸਾਰੇ ਕਿਤੇ ਹੀ ਬੁਰਾ ਹਾਲ ਆ ਅੱਜਕੱਲ ਤਾਂ ਤੁਸੀਂ ਆਪੋ ਆਪਣਾ ਆਪ ਕਹਿੰਦੇ ਹੁੰਦੇ ਆਪਣੀ ਫੈਮਲੀ ਦੀ ਰੱਖਿਆ ਕਰੋ ਆਪਣੀ ਆਪ ਦੀ ਤੁਸੀਂ ਕੇਅਰਫੁਲ ਹੋ ਕੇ ਆਪਣਾ ਕੱਢੋ ਟਾਈਮ ਨਾ ਇਹ ਵੀ ਇੱਕ ਹੁਣ ਜਿੱਦਾਂ ਕਹਿੰਦੇ ਹੁੰਦੇ ਆ ਕੰਮ ਕਰਨਾ ਇੱਕ ਸਕਿੱਲਡ ਹੈ ਜ਼ਰੂਰੀ ਹੈ ਕਿ ਇਹ ਵੀ ਜ਼ਰੂਰੀ ਚੀਜ਼ ਅੱਜ ਕੱਲ ਹੋ ਗਈ ਹੈ ਕਿ ਆਪਣੀ ਫੈਮਿਲੀ ਦੀ ਤੁਸੀਂ ਆਪ ਲੋਕ ਆਫਟਰ ਕਰੋ ਪਲੀਜ਼ ਤੇ ਜਾਂ ਕਿਸੇ ਹੋਰ ਤੇ ਤੁਸੀਂ ਡਿਪੈਂਡ ਨਾ ਹੋਵੋ ਜਿੰਨੀ ਤੁਸੀਂ ਆਪ ਕੇਅਰਫੁਲ ਹੋ ਸਕਦੇ ਆ ਨਿਆਣਿਆਂ ਨੂੰ ਸਕੂਲੇ ਚੱਕਣ ਛੱਡਣ ਦਾ ਆਪ ਖਿਆਲ ਰੱਖੋ ਕਿਸੇ ਤੇ ਡਿਪੈਂਡ ਨਾ ਹੋਵੋ ਥੋੜੀ ਜੀ ਜਿੱਦਾਂ ਕਹਿੰਦੇ ਹੁੰਦੇ ਆ ਕਿ ਐਫਰਟ ਕੰਨ ਦੇ ਨਾਲ ਆਪਣੀ ਫੈਮਿਲੀ ਜੇ ਸਿਕਿਉਰ ਰਹਿੰਦੀ ਆ ਹਨਾ ਤੇ ਪਲੀਜ਼ ਜਿੰਨਾ ਵੀ ਵੱਧ ਤੋਂ ਵੱਧ ਹੋ ਸਕਦਾ ਆਪਣਾ ਖਿਆਲ ਰੱਖੋ ਤੇ ਬਾਕੀ ਅੱਜ ਕੱਲ ਕੋਸ਼ ਵੀ ਹੋ ਸਕਦਾ ਆ ਜਿਹੜੇ ਸਕੈਮ ਹੁੰਦੇ ਆ ਜਿਹੜੇ ਧੋਖੇ ਹੁੰਦੇ ਆ ਆ ਪਹਿਲੀ ਵਾਰੀ ਹੋਇਆ ਆ ਮੈਂ ਕਦੀ ਸੁਣਿਆ ਨਹੀਂ ਇਦਾਂ ਦਾ ਜਿਹੜਾ ਸਾਡੇ ਨਾਲ ਹੈਪਨ ਹੋਇਆ ਆ ਕਿ ਬੰਦਾ ਫੋਨ ਕੋਈ ਹੋਰ ਕਰ ਰਿਹਾ ਆ ਤੇ ਨੰਬਰ ਮੇਰਾ ਸਕਰੀਨ ਤੇ ਸ਼ੋ ਹੋ ਰਿਹਾ ਆ ਫੇਰ ਤਾਂ ਸ਼ੱਕ ਦੀ ਕੋਈ ਗੁੰਜਾਇਸ਼ ਹੀ ਨਹੀਂ ਰਹਿੰਦੀ ਹੁਣ ਜੇ ਕੋਈ ਬੰਦਾ ਹੈਲੋ ਜੀ ਸੌਰੀ ਫੋਨ ਆਈ ਜਾਂਦਾ ਸੀ ਵਿੱਚ ਜਿੱਦਾਂ ਹੁਣ ਫੋਨ ਬੰਦਾ ਸੋਚਦਾ ਹੀ ਨਹੀਂ ਦੂਜੀ ਸ਼ੱਕ ਵਾਲੀ ਗੱਲ ਹੀ ਨਹੀਂ ਆਉਂਦੀ ਹੁਣੇ ਨਵਾਂ ਕੰਮ ਬਿਲਕੁਲ ਚੱਲਿਆ ਆਇਆ ਹੈ ਕਿ ਫੋਨ ਕੋਈ ਬੰਦਾ ਕਰ ਰਿਹਾ ਆ ਜਿਹੜਾ ਤੁਸੀਂ ਨੰਬਰ ਵਿੱਚ ਸੇਵ ਕੀਤਾ ਆ ਤੁਹਾਡੇ ਜਾਣਨ ਵਾਲੇ ਦਾ ਤੁਹਾਡੇ ਫਰੈਂਡ ਦਾ ਤੁਹਾਡੇ ਡੈਡੀ ਦਾ ਤੁਹਾਡੇ ਭਰਾ ਦਾ ਨੰਬਰ ਆ ਹਨਾ ਕਿ ਮੋਰੇ ਸਕਰੀਨ ਤੇ ਉਹ ਸ਼ੋ ਹੋਂਦਾ ਆ ਤੁਸੀਂ ਇਹ ਹੀ ਸੋਚਣਾ ਹੈ ਕਿ ਉਹਦਾ ਨੰਬਰ ਆ ਬ੍ਰਦਰ ਦਾ ਜਾਂ ਡੈਡੀ ਦਾ ਹਨਾ ਜੇ ਉਹ ਮੋਰੇ ਆਪ ਨਹੀਂ ਬੋਲਦਾ ਜਾਂ ਤੁਸੀਂ ਕਹੋਗੇ ਕਿ ਉਹਦਾ ਕੋਈ ਫਰੈਂਡ ਬੋਲਦਾ ਆ ਜਾਂ ਤੁਸੀਂ ਕਹੋਗੇ ਉਹਦਾ ਫੋਨ ਲੌਸਟ ਹੋ ਗਿਆ ਕਿਸੇ ਹੋਰ ਨੇ ਚੱਕ ਲਿਆ ਆ ਹਨਾ ਆ ਤਾਂ ਬਿਲਕੁਲ ਨਵੀਂ ਗੱਲ ਹੋਈ ਆ ਕਿ ਆ ਇਹ ਡੈਡ ਫਰਾਡ ਚੱਲਣ ਲੱਪਿਆ ਹਨ ਮੈਂ ਤਾਂ ਕੱਲ ਦਾ ਇੰਨਾ ਸ਼ੌਕ ਹੋਇਆ ਆ ਪਤਾ ਨਹੀਂ ਲੱਗਦਾ ਕੀ ਕਰੀਏ ਬਟ ਮੈਂ ਇਹ ਸੋਚਿਆ ਕਿ ਚਲੋ ਸਾਰਿਆਂ ਨੂੰ ਦੱਸ ਦਈਏ ਆਪਾਂ ਬਾਕੀ ਵੀ ਪ੍ਰਮਾਤਮਾ ਜਿੱਦਾਂ ਦਾ ਕਿਸੇ ਦੇ ਨਾਲ ਨਾ ਕਰੇ ਵੀਰੋ ਆਪੋ ਆਪਣਾ ਖਿਆਲ ਰੱਖੋ ਤੇ ਆਪਣੀ ਫੈਮਿਲੀ ਦੇ ਲੋਕ ਆਫਟਰ ਆਪ ਕਰੋ ਪੁਲਿਸ ਪੁਲਿਸ ਤਾਂ ਕੁਛ ਨਹੀਂ ਕਰਦੀ ਜੇ ਆਪਾਂ ਹੁਣ ਕਹਿ ਦਿੰਨੇ ਆ ਨਾ ਪੁਲਿਸ ਨੂੰ ਫੋਨ ਕਰੋ ਪੁਲਿਸ ਨੂੰ ਕਾਲ ਕਰੋ ਪੁਲਿਸ ਪੁਲਿਸ ਬਾਅਦ ਚ ਆਉਂਦੀ ਆ ਕਰਦੀ ਵੀ ਕੁਛ ਨਹੀਂ ਤੇ ਪਰਸਰਵ ਆਪੋ ਆਪਣਾ ਆਪ ਖਿਆਲ ਰੱਖੋ ਜੇ ਕੋਈ ਰੱਬ ਨਾ ਕਰੇ ਕਿਸੇ ਦੇ ਨਾਲ ਇਦਾਂ ਦਾ ਹੈਪਨ ਹੋ ਜਾਂਦਾ ਆ ਤੇ ਪੈਨਿਕ ਨਾ ਹੋਵੋ ਡਰੋ ਨਾ ਜੋ ਹੁਣਾ ਪਰਮਾਤਮਾ ਨੇ ਲਿਖਿਆ ਹੋ ਕੇ ਹੀ ਰਹਿਣਾ ਆ ਤੇ ਥੋੜਾ ਜਿਹਾ ਖਿਆਲ ਰੱਖੋ ਆਪੋ ਆਪਣਾ ਤੇ ਆ ਬਾਕੀ ਮੇਰੀ ਵੀਡੀਓ ਪਲੀਜ਼ ਸ਼ੇਅਰ ਕਰ ਦਿਓ ਇਹ ਜ਼ਰੂਰੀ ਨਹੀਂ ਕਿ ਕੱਲੇ ਇੰਗਲੈਂਡ ਦੇ ਵਿੱਚ ਹੀ ਆ ਸਾਰੇ ਕਿਤੇ ਇਦਾਂ ਦੇ ਹੈਪਨ ਹੁੰਦੇ ਆ ਬਈ ਹਰ ਥਾਂ ਬੰਦਾ ਜਿੱਥੇ ਵੀ ਰਹਿੰਦਾ ਅੱਜ ਕੱਲ੍ਹ ਜਿਹੜੀ ਟੈਕਨੋਲੋਜੀ ਆ ਸਾਰੇ ਮੋਲਕਾਂ 'ਚ ਹੀ ਸੇਮ ਆ ਇੰਡੀਆ 'ਚ ਵੀ ਇਦਾਂ ਹੀ ਆ ਬਾਹਰ ਇਧਰ ਯੂਰਪ 'ਚ ਵੀ ਕੈਨੇਡਾ ਅਮਰੀਕਾ 'ਚ ਆਸਟ੍ਰੇਲੀਆ ਨਿਊਜ਼ੀਲੈਂਡ ਸਾਰੇ ਕਿਤੇ ਟੈਕਨੋਲੋਜੀ ਹੈਗੀ ਆ ਤੇ ਫਰਾਡ ਵੀ ਸਾਰੇ ਕਿਤੇ ਹੀ ਹੁੰਦੇ ਆ ਇਹ ਜ਼ਰੂਰੀ ਨਹੀਂ ਕਿ ਕਲਾ ਇੰਗਲੈਂਡ 'ਚ ਹੀ ਹੁੰਦਾ ਆ ਇਹ ਫਰਾਡ ਵੀ ਸਾਰੇ ਮੋਲਕਾਂ 'ਚ ਹੀ ਹੁੰਦੇ ਆ ਸੋ ਜਿੱਥੇ-ਜਿੱਥੇ ਆਪਣੇ ਸੱਜਣ ਮਿੱਤਰ ਕੋਈ ਰਹਿੰਦਾ ਆ ਕੋਈ ਆਪਣਾ ਰਿਸ਼ਤੇਦਾਰ ਰਹਿੰਦਾ ਆ ਹਨ ਤੇ ਤੁਸੀਂ ਪੁਲਿਸ ਉੱਥੇ ਤੱਕ ਇਹ ਵੀਡੀਓ ਨੂੰ ਪਹੁੰਚਾਓ ਤੇ ਆਪੋ ਆਪਣਾ ਖਿਆਲ ਰੱਖੋ ਤੇ ਬਾਕੀ ਚਲੋ ਪ੍ਰਮਾਤਮਾ ਸਾਰਿਆਂ ਦਾ ਭਲਾ ਕਰੇ ਤੇ ਮੈਂ ਇਹੀ ਕਹਿਣਾ ਸੀਗਾ ਮੈਂ ਕਿਹਾ ਚਲੋ ਦੱਸ ਦਵਾਂ ਸਾਰਿਆਂ ਨੂੰ ਹਨਾ ਕਿ ਇਹ ਸੌਖਾ ਤਰੀਕਾ ਮੈਂ ਸਮਝਿਆ ਤੁਹਾਡੇ ਤੱਕ ਗੱਲ ਪਹੁੰਚਾਉਣ ਦਾ ਵੈਸੇ ਮੈਂ ਸਾਡੇ ਇੱਥੇ ਲੋਕਲ ਰੇਡੀਓ ਚੱਲਦਾ ਆ ਰਾਜ ਰੇਡੀਓ ਉੱਤੇ ਵੀ ਕੱਲ ਗਿਆ ਸੀਗਾ ਰੇਡੀਓ ਤੇ ਵੀ ਦੱਸਿਆ ਸੀਗਾ ਕਰਕੇ ਨਵੀਂ ਜੀ ਚੀਜ਼ ਆ ਹਜੇ ਇਹ ਤੁਸੀਂ ਬਲੀਵ ਨਹੀਂ ਕਰ ਸਕਦੇ ਜਿੱਦਾਂ ਕਿਸੇ ਨੂੰ ਆਪਾਂ ਦੱਸੀਏ ਯਾਰ ਤੇਰਾ ਤੂੰ ਮੈਨੂੰ ਫੋਨ ਨਹੀਂ ਕੀਤਾ ਕਿ ਤੇਰਾ ਨੰਬਰ ਮੇਰੇ ਫੋਨ ਤੇ ਆ ਰਿਹਾ ਆ ਇੱਕ ਨਵੀਂ ਜੀ ਗੱਲ ਆ ਇਹ ਚਲੋ ਹੌਲੀ ਹੌਲੀ ਹੋ ਜਾਊਗਾ ਸ਼ਾਇਦ ਜਿੱਦਾਂ ਹੁਣੇ ਕਹਿੰਦੇ ਆ ਕਿ ਪੁਲਿਸ ਵਾਲਿਆਂ ਨੇ ਕਿਹਾ ਕਹਿੰਦੇ ਕੋਈ ਐਪ ਡਾਊਨਲੋਡ ਹੁੰਦਾ ਉਹਨਾਂ ਨੇ ਨਾਮ ਵੀ ਦੱਸਿਆ ਮੈਨੂੰ ਚੇਤਾ ਭੁੱਲ ਗਿਆ ਉਹ ਐਪ ਡਾਊਨਲੋਡ ਕਰਕੇ ਤੁਸੀਂ ਜਿਹੜਾ ਨੰਬਰ ਚਾਹੁੰਦੇ ਹੋ ਤੁਸੀਂ ਉਹ ਅਗਲੇ ਦੀ ਸਕਰੀਨ ਤੇ ਸ਼ੋ ਹੋਣਾ ਆ ਚਾਹੇ 1 2 3 ਰੱਖ ਦਿਓ ਜੋ ਵੀ ਮਰਜ਼ੀ ਲਿਖ ਦਿਓ ਉਹ ਸਕਰੀਨ ਤੇ ਅੱਗੇ ਜਾ ਕੇ ਸ਼ੋ ਹੋਣਾ ਆ ਸੋ ਪਤਾ ਨਹੀਂ ਕਿੰਨੇ ਕਿੰਨੇ ਤਰੀਕੇ ਨਵੇਂ ਤੋਂ ਨਵੇਂ ਨਿਕਲਦੇ ਆ ਫਰੋਡ ਦੇ ਅੱਜ ਕੱਲ ਤਾਂ ਵੀ ਵੀਰੋ ਜਿੰਨਾ ਵੀ ਬਚਾਅ ਹੋ ਸਕਦਾ ਆ ਆਪਣਾ ਬਚਾਅ ਕਰੋ ਜਿੱਥੋਂ ਤੱਕ ਵੀ ਹੋ ਸਕਦਾ ਆ ਤੇ ਬਾਕੀ ਸਸੀ ਕੱਲ ਸਾਰਿਆਂ ਨੂੰ ਪਰਮਾਤਮਾ ਸਾਰਿਆਂ ਦਾ ਭਲਾ ਕਰੇ ਸਾਰਿਆਂ ਨੂੰ ਤੰਦਰੁਸਤੀਆਂ ਰੱਖੇ ਚੜ੍ਹਦੀਆਂ ਕਲਾ ਰਹਿਣ ਸਾਰਿਆਂ ਦੀਆਂ ਤੇ ਦੇਸ਼ਾਂ ਪਰਦੇਸਾਂ ਦੇ ਵਿੱਚ ਚਲੋ ਵਾਹਿਗੁਰੂ ਕਿਸੇ ਦਾ ਬੁਰਾ ਨਾ ਕਰੇ ਕਿਸੇ ਦੇ ਨਾਲ ਇਦਾਂ ਦੀ ਠੱਗੀ ਠੋਰੀ ਨਾ ਹੋਵੇ ਸਾਨੂੰ ਜਿੱਦਾਂ ਪਰਮਾਤਮਾ ਨੇ ਵਾਹਿਗੁਰੂ ਨੇ ਹਨਾ ਬਚਾ ਲਿਆ ਜਿੱਦਾਂ ਐਨ ਲਾਸਟ ਮਿੰਟ ਤੇ ਮੇਰਾ ਫੋਨ ਲੱਗ ਗਿਆ ਜੇ ਨਾ ਲੱਗਦਾ ਪੈਸੇ ਤਾਂ ਜਾਂਦੇ ਲੱਗਣੇ ਸੀਗੇ ਇੱਕ ਜਿਹੜੀ ਜਿਹੜਾ ਬੰਦੇ ਨੂੰ ਨਾ ਸਾਰੀ ਉਮਰ ਦਾ ਰਹਿ ਜਾਂਦਾ ਯਾਰ ਅਸੀਂ ਠੱਗੇ ਗਏ ਬੰਦਾ ਬਹੁਤ ਜਦੋਂ ਠੱਗ ਹੁੰਦਾ ਬੰਦਾ ਹੈ ਨਾ ਬੰਦਾ ਆਪਣੇ ਆਪ ਦੇ ਵਿੱਚ ਬਹੁਤ ਇਨਸਲਟ ਫੀਲ ਕਰਦਾ ਆ ਹੈ ਨਾ ਬਟ ਇਹ ਹੈ ਕਿ ਐਕਸੀਡੈਂਟ ਆ ਕੋਈ ਬੰਦਾ ਜਾਣ ਕੇ ਨਹੀਂ ਇਦਾਂ ਹੈ ਨਾ ਕੋਈ ਜੇ ਕੋ ਕਹਵੇ ਮੈਂ ਬਹੁਤ ਜ਼ਿਆਦਾ ਕਲੇਵਰ ਐਵੇਂ ਮੈਂ ਠੱਗ ਨਹੀਂ ਹੋ ਸਕਦਾ ਇੱਥੇ ਯੂ ਨੇਵਰ نو ਪਤਾ ਨਹੀਂ ਕਿਹਦੇ ਨਾਲ ਕਿਹੜੇ ਟਾਈਮ ਕੀ ਹੋ ਜਾਣਾ ਆ ਹੈ ਨਾ ਇਹ ਤਾਂ ਵਸ ਪ੍ਰਮਾਤਮਾ ਹੀ ਤੁਹਾਨੂੰ ਕਹਿੰਦੇ ਹੁੰਦੇ ਆ ਕਿ ਬਚਾਵੇ ਸਾਡੀ ਚਲੋ ਪ੍ਰਮਾਤਮਾ ਨੇ ਹੈਲਪ ਕੀਤੀ ਪ੍ਰਮਾਤਮਾ ਸਾਰਿਆਂ ਦੀ ਹੈਲਪ ਕਰੇ ਤੇ ਬਾਕੀ ਥੋੜਾ ਜਿਹਾ ਅਵੇਅਰ ਰਹੋ ਅੱਜ ਕੱਲ ਕੁਝ ਵੀ ਹੋ ਸਕਦਾ ਜਿੰਨਾ ਚਿਰ ਤੁਸੀਂ ਕਹਿੰਦੇ ਹੁੰਦੇ ਆ ਕਿ ਆਪਣੇ ਅੱਖੀ ਚੰਗੀ ਤਰ੍ਹਾਂ ਦੇਖ ਨਹੀਂ ਲੈਂਦੇ ਆਪਣੇ ਕੰਨੀ ਸਾਰਾ ਕੁਝ ਸੁਣ ਨਹੀਂ ਲੈਂਦੇ ਉਹਨਾਂ ਚਿਰ ਬਲੀਵ ਨਾ ਕਰੋ ਕੋਈ ਕੁਝ ਵੀ ਕਹਿ ਸਕਦਾ ਆ ਕਿ ਤੁਹਾਡਾ ਹਸਬੰਦ ਦਾ ਇੱਥੇ ਐਕਸੀਡੈਂਟ ਹੋ ਗਿਆ ਆ ਨੰਬਰ ਉਹਦਾ ਆਉਂਦਾ ਆ ਸੀ ਉਹਦੇ ਫੋਨ ਤੋਂ ਫੋਨ ਕੀਤਾ ਤੁਸੀਂ ਇੱਥੇ ਆ ਜਾਓ ਜਾਂ ਤੁਸੀਂ ਆਹ ਕਰ ਲਓ ਹਨਾ ਤੇ ਕੁਝ ਵੀ ਹੋ ਸਕਦਾ ਆ ਬਸ ਤੁਸੀਂ ਹੈਨਾ ਆਪਣਾ ਖਿਆਲ ਰੱਖੋ ਬਈ ਕਿਸੇ ਨੇ ਮਗਰ ਨਾ ਲਗੋ ਜਿੰਨਾ ਚਿਰ ਤੁਸੀਂ ਹੈਨਾ ਆਪਣਾ ਪੂਰਾ ਚੰਗੀ ਤਰ੍ਹਾਂ ਤਸੱਲੀ ਦੇ ਨਾਲ ਸਾਰਾ ਕੁਝ ਦੇਖ ਨਹੀਂ ਲੈਂਦੇ ਹੈਨਾ ਤੇ ਬਾਕੀ ਚਲੋ ਠੀਕ ਹੈ ਜੀ ਵਾਹਿਗੁਰੂ ਸਾਰਿਆਂ ਦਾ ਭਲਾ ਕਰੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਇਹੀ ਰਿਕਵੈਸਟ ਫੇ ਬਾਰ-ਬਾਰ ਕਰਦਾ ਆ ਕਿ ਵੀਡੀਓ ਨੂੰ ਸ਼ੇਅਰ ਕਰ ਦਿਓ ਪਲੀਜ਼ ਹੈਨਾ ਇਹਦੇ ਵਿੱਚ ਹਰ ਬੰਦੇ ਦਾ ਫਾਇਦਾ ਆ ਹਰ ਬੰਦੇ ਦਾ ਹੈਨਾ ਕਰਕੇ ਉਹ ਬੰਦਾ ਅਵੇਅਰ ਹੋਊਗਾ ਜ਼ਰੂਰੀ ਨਹੀਂ ਉਹ ਜ਼ਰੂਰੀ ਨਹੀਂ ਉਹਦੇ ਨਾਲ ਇਹ ਹੈਪਨ ਹੋਣਾ ਆ ਹੋਰ ਵੀ ਕਿਸੇ ਦੇ ਨਾਲ ਹੋ ਸਕਦਾ ਆ ਜੇ ਕਿਸੇ ਬੰਦੇ ਨੂੰ ਪਤਾ ਹੋਊਗਾ ਉਹ ਬੰਦਾ ਸੋਚੂਗਾ ਲੈ ਵੀ ਫਲਾਣੇ ਬੰਦੇ ਨਾਲ ਇਦਾਂ ਹੋਈ ਸੀ ਕਿ ਤੇ ਸਾਡੇ ਨਾਲ ਤਾਂ ਨਹੀਂ ਇਹ ਕੰਮ ਹੋਣ ਲੱਗਾ ਹਨ ਸਿਰਫ ਇਹ ਚੀਜ਼ ਮੈਂ ਚਾਹੁੰਦਾ ਆ ਕਿ ਕੋਈ ਬੰਦਾ ਗਾਹ ਉਹਨਾਂ ਦੇ ਅੜਿੱਕੇ ਨਾ ਉਹਨਾਂ ਦਾ ਟਾਰਗੇਟ ਨੈਕਸਟ ਟਾਰਗੇਟ ਉਹ ਨਾ ਹੋਵੇ ਹਨ ਤੇ ਬਾਕੀ ਠੀਕ ਆ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੇ ਕੋਈ ਗੱਲਬਾਤ ਹੋਰ ਕਿਸੇ ਨੇ ਪੁੱਛਣੀ ਹੋਵੇ ਮੈਨੂੰ ਐਨੀ ਟਾਈਮ ਫੋਨ ਕਰ ਸਕਦਾ ਆਪਣੇ ਸੱਜਣਾ ਮਿੱਤਰਾਂ ਕੋਲ ਸਾਰਿਆਂ ਕੋਲ ਮੇਰਾ ਨੰਬਰ ਹੈਗਾ ਹੀ ਆ ਹਨਾ ਤੇ ਠੀਕ ਹੈ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਪਿਆਰ ਭਰੀ ਵਾਹਿਗੁਰੂ ਸਭ ਨੂੰ ਚੜ੍ਹਦੀਆਂ ਕਲਾਂ ਰੱਖੇ ਓਕੇ ਜੀ ਬਾਏ ਬਾਏ